सच्चिकाल कर्नल साहब सच्चिकाल। वेलकम वेलकम बादर सिंह जी, की हाल चाल ने? मेरा एक दोस्त है जी अनमोलदीप सिद्धू, TPI ਦੇ ਐਗਜ਼ਾਮ ਦੇ ਵਿੱਚ ਉਹਦੀ ਪਰਚੀ ਫੜੀ ਗਈ ਸੀ ਜੀ। ਪਰਚੀ ਦਾ ਪਰਚੀ ਹੁੰਦੀ ਹੈ, ਫਿਰ ਚਾਹੇ ਉਹ ਜਿਹੜੇ ਮਰਜ਼ੀ ਸਬਜੈਕਟ ਦੀ ਹੋਵੇ। ਵੈਸੇ ਲੱਕੀ ਵਾਲੇ ਕੇਸ ਲਈ ਇੱਕ ਵਕੀਲ ਤਾਂ ਹੈ ਆਪਣੇ ਕੋਲ। ਹਮ ਜੇ ਰੋਸ ਦਿਖਾਣਾ ਹੀ ਆ ਨਾ ਤਾਂ ਸਾਡੇ ਨਾਲ ਨਹੀਂ, ਕਾਲਜ ਪ੍ਰਸ਼ਾਸਨ ਨਾਲ ਦਿਖਾਓ। ਜੇ ਅਸੀਂ ਸਾਰੇ ਇਕੱਠੇ ਹੋ ਕੇ ਮੁਸੀਬਤ ਅੱਗੇ ਖੜ ਜਾਈਏ ਨਾ ਤਾਂ ਸਾਡੇ ਅੱਗੇ ਕੁਝ ਨਹੀਂ ਅੜ ਸਕਦਾ। ਕੌਣ ਕੌਣ ਸਾ ਚਾਰਜ ਲਗਾਏ ਆ ਆਪ ਲੱਕੀ ਤੇ? ਇਹ ਤਾਂ ਨਹੀਂ ਦੱਸ ਸਕਦਾ, ਇਹਨਾਂ ਦਾ ਯਾਰ ਗਿਆ 2-3 ਸਾਲ ਹੀ ਹਨ। ਸ਼ਗਨ ਸਿੱਧਾ ਬਣੋਗੇ ਜਾਂ ਬਚੋਲਾ ਬਾਈ? लेकिन भैया बोल रहा था कि सेटलमेंट हो सकता है अगर दूसरा पार्टी केस ड्रॉप कर दे। केड़ा अपना फौजी जिहड़े हिसाब नाल उन्हें ललकरे मार के आपां नूं बीचो बाहर कढ़िया ही, तेरे लगदा अपनी गल भी सुनो? अपनी तां नहीं सुनो पर बहादुर अंकल दी किवें मोड़ू? आई स्पोर्ट एंड मोल एक परची दे करके अनमोल नूं 2 साल लई रेस्टेट करना बहुत गलत गल है। बाकी अनमोल परची लेके आओ, ये गलत सानूं यकीन नहीं हैगा। ओ क्यों? क्योंकि वह कंप्यूटर इंजीनियर का स्टूडेंट होकर साढ़े इलैक्ट्रिकल वाले दे डाउट भी क्लीयर करता है। हुण तुसीं आप दसो कि इन्ना इंटैलीजेंट स्टूडेंट परची किवें ਇਹਦੇ ਤੇ ਕਰਾ ਲਏ ਨਾ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਸਾਰੇ ਸਟੂਡੈਂਟਸ ਦੇ ਸਨ। ਹਾਂਜੀ ਹਾਂਜੀ ਵੀਰੇ, ਬਸ ਇਹ ਐਪਲੀਕੇਸ਼ਨ ਆਪਾਂ ਹੁਣ ਪ੍ਰਿੰਸੀਪਲ ਸਰ ਨੂੰ ਦਿੰਨੇ ਜਾ ਕੇ ਸੋਚਿਆ ਨਾ। ਹਲੇ ਜਸ ਹੁਣੇ ਵੀ ਆ ਗਏ, ਹਲੇ ਜਸ ਤੁਸੀਂ ਵੀ ਕਰ ਦਿਓ ਇੱਥੇ ਸਰ। ਹੋਰ ਕੀ ਹਾਲ ਨੇ? ਹਾਲ ਤਾਂ ਠੀਕ ਨੇ ਪਰ ਸਾਈਨ ਕਾਹਦੇ ਲਈ? ਇਹ ਅਨਮੋਲ ਦੀ ਪਰਚੀ ਦਿਖਾਉਣ ਲਈ ਆਪਾਂ ਸਾਰੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਸਟੂਡੈਂਟ ਇਕੱਠੇ ਹੋ ਕੇ ਪ੍ਰਿੰਸੀਪਲ ਸਰ ਨੂੰ ਇੱਕ ਐਪਲੀਕੇਸ਼ਨ ਭੇਜ ਰਹੇ ਹਾਂ। ਉਹ ਇਕੱਠੇ ਹੋ ਕੇ? ਕੱਲ ਤੱਕ ਤਾਂ ਤੁਹਾਡੇ ਜੋ ਸਾਨੂੰ ਕੋਈ ਨਾਲ ਨਹੀਂ ਸੀ ਬਿਠਾ ਕੇ ਰਾਜੀ, ਤੇ ਅੱਜ ਕਿਵੇਂ ਇਕੱਠੇ ਹੋ ਗਏ? ਉਹਦੇ ਲਈ ਸੌਰੀ ਆ ਬਾਈ, ਕੱਲ ਜਸ ਬਾਈ ਦੀਆਂ ਗੱਲਾਂ ਸੁਣ ਕੇ ਸਾਨੂੰ ਅਹਿਸਾਸ ਹੋਇਆ ਕਿ ਕਲਾਸ ਯੂਨਿਟੀ ਕੀ ਚੀਜ਼ ਹੁੰਦੀ ਹੈ। ਤੇ ਇਸੇ ਕਰਕੇ ਆਪਣੀ ਸਾਰੀ ਕਲਾਸ ਦੇ ਸਟੂਡੈਂਟਸ ਨੇ ਇੱਕ ਕੰਪੇਨ ਚਲਾਇਆ ਹੈ ਆਈ ਸਪੋਰਟ ਅਨਮੋਲ, ਤੇ ਇਹ ਸਾਰਾ ਉਸੇ ਦਾ ਨਤੀਜਾ ਹੈ। ਕੀ ਬਾਤ ਆ ਸੱਚਨ, ਪੱਕਾ ਕਾਮਰੇਡ ਆ, ਪੂਰਾ ਰੌਲਾ ਪੈਣ ਤੇ ਹੀ ਬਾਹਰ ਨਿਕਲਿਆ। ਸੋ ਦਰਸ਼ਕੋ, ਇਹ ਸੀ ਇਲੈਕਟ੍ਰੀਕਲ ਬ੍ਰਾਂਚ ਦੇ ਸਟੂਡੈਂਟਸ। ਹੁਣ ਸਾਡੇ ਨਾਲ ਨੇ ਅਨਮੋਲ ਦੇ ਕਲਾਸਮੇਟਸ ਜੋ ਉਹਦੇ ਨਾਲ ਰਹਿੰਦੇ ਵੀ ਰਹੇ ਨੇ, ਏਕਮਵੀਰ, ਜਸਪ੍ਰੀਤ ਤੇ ਰੁਪਿੰਦਰ। ਤੁਹਾਡਾ ਸਵਾਗਤ ਹੈ ਕੈਂਪਸ ਨਿਊਜ਼ ਤੇ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਕੈਂਪੇਨ ਚੱਲ ਰਿਹਾ #ISportAnmol, ਉਸ ਦੇ ਵਿੱਚ ਵਿਦਿਆਰਥੀਆਂ ਵੱਲੋਂ ਇੱਕ ਮੁੱਖ ਪੁਆਇੰਟ ਰੱਖਿਆ ਜਾ ਰਿਹਾ, ਉਹ ਇਹ ਹੈ ਕਿ ਜਿਹੜੀ ਪਰਚੀ ਅਨਮੋਲ ਕੋਲੋਂ ਫੜੀ ਗਈ ਹੈ ਉਹ CPA ਦੇ ਪੇਪਰ ਦੀ ਹੈ ਹੀ ਨਹੀਂ। ਇਹ ਤੁਸੀਂ ਕਿਸ ਬੁਨਿਆਦ ਤੇ ਕਹਿ ਰਹੇ ਹੋ? ਕਿਉਂਕਿ ਜੀ ਜਿਹੜੀ CPA ਸਬਜੈਕਟ ਹੁੰਦਾ ਉਹਦੇ ਵਿੱਚ ਕੋਡਿੰਗ ਨਹੀਂ ਹੁੰਦੀ ਤੇ ਉਹ ਪਰਚੀ ਦੇ ਵਿੱਚ ਕੋਡਿੰਗ ਸੀਗੀ। ਅੱਛਾ, ਮਤਲਬ ਇਹ ਪਰਚੀ ਉਹਨੇ C++ ਤੇ ਜਾਵਾ ਲਈ ਬਣਾਈ ਸੀ ਤੇ ਫੜੀ CPA ਦੇ ਪੇਪਰ ਵਿੱਚੋਂ ਗਈ ਹੈ? ਨਹੀਂ ਨਹੀਂ ਜੀ, ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਅਨਮੋਲ ਨੇ ਉਹ ਪਰਚੀ ਬਣਾਈ ਹੀ ਨਹੀਂ ਸੀ। ਅੱਛਾ, ਜਿਵੇਂ ਆਪਾਂ ਕਿਸ ਤੋਂ ਅਸਾਈਨਮੈਂਟ ਬਣਵਾ ਲੈਂਦੇ ਹਾਂ ਉਵੇਂ ਅਨਮੋਲ ਨੇ ਕਿਸ ਤੋਂ ਪਰਚੀ ਬਣਵਾਈ ਹੈ? ਤੁਸੀਂ ਇੱਕ ਗੱਲ ਦੱਸੋ ਜੀ, ਜਿਹੜਾ ਬੰਦਾ ਅੱਖਾਂ ਬੰਦ ਕਰਕੇ ਮੈਂ ਦੇ ਸਵਾਲ ਹੱਲ ਕਰ ਸਕਦਾ ਉਹ ਪਰਚੀ ਲੈ ਕੇ ਆਊਗਾ? ਜੇ ਪਰਚੀ ਲੈ ਕੇ ਵੀ ਆਊਗਾ ਤਾਂ ਪਰਚ ਪਾ ਕੇ ਲੈ ਕੇ ਆਊਗਾ? ਫਿਰ ਉਹ ਪਰਚੀ ਉਹਦੇ ਪਰਚ ਆਈ ਕਿਵੇਂ? ਵਾਈਫਾਈ ਨਾਲ? ਸਾਡੇ ਕਹਿਣ ਦਾ ਇਹ ਮਤਲਬ ਹੈ ਜੀ ਕਿ ਕਿਸੇ ਹੋਰ ਵੱਲੋਂ ਪਾਈ ਗਈ ਆ ਉਹ। ਬ੍ਰੇਕਿੰਗ ਨਿਊਜ਼, ਅਨਮੋਲ ਦੇ ਕੇਸ 'ਚ ਇੱਕ ਨਵੀਂ ਗੱਲ ਸਾਹਮਣੇ ਕਿ ਨਾ ਤਾਂ ਉਹਨੇ ਪਰਚੀ ਬਣਾਈ ਤੇ ਨਾ ਹੀ ਪਰਸ ਵਿੱਚ ਪਾਈ, ਤੇ ਫਿਰ ਉਹਨੂੰ ਕੌਣ ਫਸਾ ਰਿਹਾ ਭਾਈ? ਸਿੱਧੇ ਤੌਰ ਤੇ ਜੀ ਅਸੀਂ ਕਿਸੇ ਦਾ ਨਾਂ ਤਾਂ ਨਹੀਂ ਲੈਣਾ ਚਾਹਾਂਗੇ, ਪਰ ਇਹੋ ਜਿਹੇ ਕਈ ਲੋਕ ਨੇ ਜਿਹੜੇ ਆਪ ਤਾਂ ਟੌਪ ਕਰ ਨਹੀਂ ਸਕਦੇ ਤੇ ਦੂਜਿਆਂ ਨੂੰ ਕਰਦੇ ਦੇਖ ਨਹੀਂ ਸਕਦੇ। ਦੇਖੋ, ਤੁਹਾਡੀ ਗੱਲਾਂ ਸੁਣਨ ਨੂੰ ਬਹੁਤ ਫਿਲਮੀ ਜੀ ਲੱਗ ਰਹੀਆਂ ਨੇ ਤੇ ਚਲੋ ਅਸੀਂ ਯਕੀਨ ਵੀ ਕਰ ਲੈਨੇ, ਪਰ ਪ੍ਰਸ਼ਾਸਨ ਦਾ ਸਬੂਤ ਮੰਗਦਾ ਨਾ। ਤੇ ਅਸੀਂ ਸਬੂਤ ਦੇ ਆਧਾਰ ਤੇ ਹੀ ਗੱਲ ਕਰ ਰਹੇ ਹਾਂ, ਤਰਸ ਦੇ ਆਧਾਰ ਤੇ ਨਹੀਂ ਗੱਲ ਕਰ ਰਹੇ। ਉਹ ਕਿਵੇਂ? ਹਾਂ ਆਪਾਂ ਚਲੋ ਭਈਆ, ਮੈਂ ਤੁਹਾਡੇ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਜੀ ਕਿ ਇਸ ਪੇਜ ਤੇ ਜ਼ੂਮ ਕਰਨ। ਬਾਈ ਜ਼ੂਮ ਇਨ ਵਾਲਾ ਬਟਨ ਟੁੱਟਿਆ ਹੋਇਆ ਤੇ ਲੱਤਾਂ ਤਾਂ ਨਹੀਂ ਟੁੱਟੀਆਂ ਹੋਈਆਂ, ਇੱਧਰ ਨੂੰ ਆ ਜਾ। ਗਗਨਦੀਪ ਸਿੰਘ ਵਰਸਿਸ PUT, ਇਹਦਾ ਵੀ ਸੇਮ ਇਹੀ ਅਨਮੋਲ ਵਾਲਾ ਕੇਸ, ਪਰਚੀ ਫੜੀ ਗਈ ਸੀ। ਜਦੋਂ ਇਹਨੇ ਕੋਰਟ ਦੇ ਵਿੱਚ ਕੇਸ ਕੀਤਾ ਤਾਂ ਇਹ ਕੇਸ ਜਿੱਤ ਗਿਆ। ਕੋਰਟ ਨੇ ਕਾਲਜ ਵਾਲਿਆਂ ਨੂੰ ਆਰਡਰ ਦਿੱਤੇ ਕਿ ਇਹਦੀ ਇਨਵੈਸਟੀਗੇਸ਼ਨ ਨਾਲ ਦੀ ਨਾਲ ਸ਼ੁਰੂ ਕੀਤੀ ਜਾਵੇ ਤੇ ਸਾਰਿਆਂ ਨੂੰ ਪਰਸਨਲ ਲੌਕਰ ਲੌਟ ਕੀਤਾ। ਤੇ ਹੁਣ ਕਾਲਜ ਵਾਲੇ ਆਪ ਹੀ ਦੇਖ ਲੈਣ ਕਿ ਉਹਨਾਂ ਨੇ ਅਨਮੋਲ ਨੂੰ ਸਿੱਧਾ ਇਹਦਾ ਮਾਫ਼ ਕਰਨਾ ਕਿ ਉਹਨਾਂ ਨੂੰ ਅਸੀਂ ਕੋਰਟ 'ਚ ਖੜੀ ਸੀ, ਕੋਰਟ 'ਚ ਲੈ ਕੇ ਜਾਵਾਂਗੇ ਜੀ ਗੱਲ, ਬਹਾਨੇ ਨਾਲ ਲੌਕਰ ਤਾਂ ਮਿਲਣਗੇ। ਸੋ ਦਰਸ਼ਕੋ, ਕਾਫੀ ਦਿਲਚਸਪ ਗੱਲਾਂ ਸੁਣਨ ਨੂੰ ਮਿਲੀਆਂ ਅਨਮੋਲ ਦੇ ਸਾਥੀਆਂ ਵੱਲੋਂ। ਹੁਣ ਦੇਖਣਾ ਇਹ ਹੋਵੇਗਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਪਰਚੀ ਡੀਜ਼ੀ ਦੇ ਦਿੱਤੇ ਗਿਫਟ 'ਚੋਂ ਨਿਕਲੀ ਹੈ। ਮੈਨੂੰ ਡਰ ਆ ਕਿਤੇ ਇਹ ਗੱਲ ਡੀਜ਼ੀ ਤੱਕ ਨਾ ਪਹੁੰਚ ਜਾਵੇ। ਨਾ ਸੰਜੀਵ, ਤੂੰ ਗੱਲ ਟਾਲ ਨਹੀਂ ਸਕਦਾ ਸਰ, ਕੋਈ ਬਹਾਨਾ ਲਾ ਦਿੰਦਾ ਕਿ ਬਾਅਦ 'ਚ ਆ ਜਾਇਓ, ਸਿੱਧੀ ਮੂੰਹ 'ਤੇ ਨਾ ਕਰਨ ਦੀ ਕੀ ਲੋੜ ਸੀ? ਸੋਰੀ ਸਰ, ਪਰ ਤੁਹਾਨੂੰ ਪਤਾ ਕਿ ਦਫ਼ਤਰੀ ਕੰਮਾਂ ਕਾਰਾਂ ਕਰਕੇ ਦਿਮਾਗ ਪਹਿਲਾਂ ਹੀ ਗਰਮ ਰਹਿੰਦਾ। ਇੱਕ ਤਾਂ ਭਈਆ ਜੇ ਮੇਰੇ ਦੇ ਕਾਰਡ ਦਾ ਰੋਹ ਮਰ ਜਾਂਦਾ ਸੀ ਅਤੇ ਉੱਤੋਂ ਉਹਦੇ ਨਾਲ ਦੇ ਨੇ ਵੀ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ। ਯੁਵਰਾਜ ਬੇਟਾ, ਘਬਰਾਉਂਦੇ ਕਿਉਂ? ਆਪਣੇ ਕਾਲਜ ਦੀ ਤਾਂ ਪਾਲਿਸੀ ਹੈ
कि एडमिन बुला किसी पेपर नहीं दिखा सकता। बलबीर सर पॉलिसियां चेंज होंदे टाइम नहीं लगता, जे दिखाना पै गया फिर की है, परची तो सी पी आई जो निकलूगी। क्यों भी गुरु जी आह कोडिंग वाली परची की गल कर रहे कि सही तो नहीं? ठीक है बोलदा नहीं भाई, वो सही कह रहे हैं जी, कोडिंग वाली पर्ची सालिया जो तो पेपर सीपीआई दा सी तो पर्ची भी सीपीआई दी बनानी सी ना भाई, पर्ची ना पर्ची होंगी, मैं तो हूं तक यही सुनता है ना, मैनू की पता से भी आ केस वाला जबखाना बेच लैन गए, ਮੈਥੋਂ ਗਲਤੀ ਹੋ ਗਈ ਬਾਈ ਜੀ, ਮੈਨੂੰ ਮਾਫ਼ ਕਰ। ਤੇਰੀ ਇਸ ਗਲਤੀ ਕਰਕੇ ਨਾ ਮੈਂ ਡੈਡ ਅਤੇ ਡੇਜ਼ੀ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਪਤਾ ਤੈਨੂੰ ਯੁਵਰਾਜ ਬੇਟਾ ਠੰਡ ਰੱਖ, ਠੰਡ, ਆਪਾਂ ਇਹ ਨੌਬਤ 'ਤੇ ਨਹੀਂ ਆਉਣ ਦੇਣੀ, ਆਪਾਂ ਪਰਚੀ ਓ ਬਦਲ ਦੇਣੀ ਹੈ। ਐਡਮਿਨ ਬਲੌਕ ਆਪਣੇ ਹੱਥ 'ਚ ਹੈ, ਕਿਉਂ ਸੰਜੀਵ ਜੀ? ਜੀ ਨਹੀਂ ਨਹੀਂ ਸਰ, ਮੁਸ਼ਕਿਲ ਹੈ। ਕਿਉਂ? ਕਿਉਂਕਿ ਐਡਮਿਨ ਬਲੌਕ ਦੀ ਸਿਕਿਉਰਿਟੀ ਬਹੁਤ ਸਖਤ ਹੈ, ਤੇ ਜਿਹੜੇ ਹਾਲ 'ਚ ਪੇਪਰ ਰੱਖੇ ਜਾਂਦੇ ਨੇ ਉਹਦੇ ਗੇਟ ਸਿਰਫ ਪੇਪਰਾਂ ਦੀ ਚੈਕਿੰਗ ਵੇਲੇ ਖੁੱਲਦੇ ਨੇ। ਉਹ ਸਿਕਿਉਰਿਟੀ ਹੈੱਡ ਆਪਣਾ ਖਾਸ ਆ, ਮੈਂ ਉਹਨੂੰ ਕਿਹਾ ਕਿ ਐਡਮਿਨ ਬਲੌਕ ਖੁਲਵਾ ਦੇਣਾ, ਤੁਸੀਂ ਆਹ ਪਰਚੀ ਚੇਂਜ ਵਾਲਾ ਕੰਮ ਨਾ ਅੱਜ ਰਾਤ ਹੀ ਕਰ ਦਿਓ। ਸਰ ਅੱਜ ਰਾਤ? ਕਿਉਂ, ਜਗਰਾਤੇ 'ਤੇ ਜਾਣਾ? ਨਹੀਂ ਸਰ, ਉੱਥੇ ਪੁਰਾਣੇ ਅਤੇ ਨਵੇਂ ਹਜ਼ਾਰਾਂ ਪੇਪਰ ਪਏ ਨੇ, ਤਿੰਨ ਪੇਪਰਾਂ 'ਚੋਂ ਇਕੱਲੇ ਅਨਮੋਲ ਦਾ ਪੇਪਰ ਲੱਭਣਾ ਕੋਈ ਆਸਾਨ ਗੱਲ ਨਹੀਂ। ਪੇਪਰ ਜਮ੍ਹਾਂ ਕਰਵਾ ਕਰਵਾ ਰੱਖੀ ਜਾਂਦੇ ਹੋ, ਘੱਟੋ ਘੱਟ ਇਹ ਤਾਂ ਪਤਾ ਹੋਣਾ ਚਾਹੀਦਾ ਕਿਹੜੇ ਪੇਪਰ ਕਿੱਥੇ ਪਏ ਨੇ। ਹੁਣ ਸਰ ਇਹ ਤਾਂ ਪੀਐਨ ਨੂੰ ਪਤਾ। ਤੇਰਾ ਮਤਲਬ ਬਰਜੇਸ਼? ਹਾਂਜੀ। ਉਹ ਤਾਂ ਜੀ ਆਪਣਾ ਬੰਦਾ ਖਾਸ, ਬਸ ਕੰਮ ਬਣ ਗਿਆ ਸਮਝੋ। ਤੇ ਹਾਂ ਸਰ, ਇਸ ਵਾਰ ਨਾ ਪਰਚੀ ਬਣਾਉਣ ਵਾਲਾ ਕੰਮ ਵੀ ਤੁਸੀਂ ਆਪ ਹੀ ਸਾਂਭ ਲਿਓ। ਬਾਬਾ ਜੀ ਉਹਨੇ ਲੱਕੀ ਦਾ ਘਰ ਕਿੱਥੇ ਆ ਜੀ? ਉਸ ਸਾਲੇ ਲੱਕੀ ਕੀ ਪਤਾ ਹੋਣਾ, ਲਖਵਿੰਦਰ ਪੁੱਛ। ਲਖਵਿੰਦਰ ਸਿੰਘ ਜੀ ਆਪਣੇ ਬਹਾਦਰ ਸਿੰਘ ਦਾ ਮੁੰਡਾ ਜੀ। ਅੱਬੇ ਮੁੜ ਕੇ ਸਿੱਧੀ ਕੋਨੇ ਤੇ ਘਰ ਉਸੇ ਦਾ ਜੀ। ਠੀਕ ਹੈ ਜੀ, ਥੈਂਕ ਯੂ ਜੀ। ਆ ਜਾ ਪੂਛਣ, ਖੱਬੇ ਪਾਸੋਂ ਘੇਰ ਗਿਆ ਮੇਰੇ ਸਾਲਿਆਂ ਨੂੰ। ਅਰੇ ਭਈਆ ਹਮਰੇ ਸਾਥ ਮੇ ਰਹੋ, ਐਸੇ ਮਰ ਮਰਾ ਜਾਓਗੇ ਕੋਈ ਫਾਇਦਾ ਨਹੀਂ ਹੋਗਾ ਫਿਰ। ਆਹੋ ਤੂੰ ਆ ਗਿਆ ਵੱਡਾ ਬਾਹੂਬਲੀ ਜਿਹੜਾ ਬਚਾ ਲੇਗਾ ਮੈਨੂੰ। ਅਰੇ ਭਈਆ ਸਾਹਮਣੇ ਦੇਖੋ ਨਾ, ਬੰਦੇ ਤੱਕ ਪਿਛਲੀ ਤਰਫ ਸੇ ਬੰਦੇ ਆ ਉਹਦਾ। ਅਰੇ ਕਾਸ ਕਰ ਰਹੋ ਭਈ, ਉਹ ਕੀ ਆ ਯਾਰ ਰੂਪ, ਦੇਖ ਕੇ ਨਹੀਂ ਬ੍ਰੇਕ ਮਾਰਦਾ ਦਾ, ਇੱਧਰ ਮੇਰਾ ਬੰਦਾ ਮਰਵਾਤਾ। ਖੇਲ ਤੇ ਆਪ ਨਹੀਂ ਹੋ ਅੱਛੇ ਸੇ, ਦੋਸਤ ਦੂਸਰੋਂ ਕੋ ਦੇਤੇ ਰਹਤੇ। ਵਾਲੀ ਹਵਾ ਜੀ ਨਾ ਕਰੋ, ਇਹ ਤਾਂ ਆਪਣੀ ਟੀਮ ਦੇ ਬੰਦੇ ਨੂੰ ਮੈਂ ਬੰਦਾ ਮਾਰ ਨਹੀਂ ਸਕਦਾ, ਇਹ ਤਾਂ ਤੈਨੂੰ ਮੈਂ ਦੱਸ ਦਿੱਤਾ ਵੱਡੇ ਪਲੇਅਰ। ਅੱਛਾ ਐਸਾ ਬਾਤ ਹੈ, ਕਸਟਮ ਰੂਮ ਲਗਾਤੇ ਹੈ, ਆਓ। ਕਸਟਮ ਰੂਮ? ਉਹ ਕੀ ਚੀਜ਼ ਹੈ? ਕਸਟਮ ਰੂਮ ਬਣਾ ਕਰ ਨਾ, ਹਮ ਆਪਣੇ ਦੋਸਤੋਂ ਕੋ ਐਡ ਕਰ ਸਕਤੇ ਹੈਂ, ਔਰ ਇੱਕ ਦੂਸਰੇ ਕੇ ਖਿਲਾਫ ਵੀ ਲੜ ਸਕਤੇ ਹੈਂ। ਆਓ ਬਤਾਤੇ ਹੈਂ ਆਪਕੋ, ਆਓ। ਚਲ ਆ ਜਾ ਪੱਤ ਮੇਂ, ਤੈਨੂੰ ਤਾਂ ਮੈਂ ਕੇ ਨਾਤ ਨਹੀਂ ਸੜੀ। ਘਰ ਆ ਲੱਕੀ ਦਾ ਯਾਰ, ਪਿੰਡ ਵਾਲਿਆਂ ਨੇ ਤਾਂ ਇਹੀ ਦੱਸਿਆ ਯਾਰ, ਦੇਖਤਾ ਰਿਹਾ ਨਹੀਂ ਕੋਈ। ਉਹ ਦਿਖੂ ਤਾਂ ਤਾਂ ਜੇ ਕੋਈ ਹੋਊ ਇੱਥੇ, ਉਹ ਮੇਰੀ ਗੱਲ ਮੈਨੂੰ ਆਪਾਂ ਦੁਬਾਰਾ ਪੁੱਛਦੇ ਹਾਂ, ਮੈਨੂੰ ਲੱਗਦਾ ਲੱਕੀ ਦਾ ਘਰ ਆ ਯਾਰ, ਆਓ। ਓਏ ਬੱਲੇ ਬੱਲੇ ਬੱਲੇ, ਅੱਜ ਮੇਰੇ ਸ਼ੇਰ ਪੁੱਤ ਇੱਥੇ? ਓਏ ਸ਼ਾਬਾਸ਼ ਯਾਰ, ਸ਼ਾਬਾਸ਼ ਬਈ, ਅੱਜ ਮੇਰੇ ਸ਼ੇਰ ਪੁੱਤ ਮੈਨੂੰ ਇੱਥੇ ਮਿਲਣਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੇਰੇ ਬੱਚਿਆ, ਉਹ ਤੂੰ ਤਾਂ 1 ਇੰਚ ਹੋਰ ਵਧੀਆ ਲੱਗਦਾ ਹੈ। ਅੰਕਲ ਸਤਿ ਸ਼੍ਰੀ ਅਕਾਲ ਜੀ। ਓਏ ਸਤਿ ਸ਼੍ਰੀ ਅਕਾਲ ਏਕਮ ਪੁੱਤ। ਓਏ ਹੋਰ ਜਸ ਮੇਰੇ ਬੱਚੇ, ਠੀਕ ਹੋ ਨਾ, ਕਾਇਮ ਹੋ, ਗਲੇ ਗੁਲੇ ਸਾਫ਼ ਹੈ? ਲੈ ਫਿਰ ਅੱਜ ਲਾਉਂਦੇ ਪਿੰਡ 'ਚ ਰੌਣਕ। ਉਹ ਲੱਕੀ ਪੁੱਤਰ, ਉਹ ਜਾ ਸਲੀਮ ਦੇ ਘਰੋਂ ਬਾਜਾ ਲੈ ਗਿਆ। ਹਾਂ ਲੱਕੀ, ਹਾਂ ਗੁਰਦੁਆਰਾ ਸਾਹਿਬ ਚਲਾ ਗਿਆ ਨਾ ਆਉਂਦੀ ਮੱਥਾ ਟੇਕਣ। ਹਾਂ ਚੰਗੇ, ਤੁਸੀਂ ਐਂ ਕਰੋ ਬੈਠੋ, ਮੈਂ ਤੁਹਾਡੇ ਲਈ ਦੁੱਧ ਬਣਾ ਕੇ ਲੈ ਕੇ ਆਇਆ। ਹਾਂ ਅੰਕਲ। ਹਾਂ ਹਾਂ ਪੁੱਤਰ, ਹਾਂ ਅੰਕਲ। ਉਹ
दसो पुत बोलो कुछ चुप क्यों हो गए तुसी अंकल दरअसल असि कल ही आया लकी नहीं आया क्यों ओ थाने आ जी किया थाने मेरा के वाहेगुरु बस जी फिर अखीरले पेपर वाले दिन पुलिस लक्की नूं लै गई तुसी उन्हूं मिलन गए सी जी मिल के आया जी किवें मेरा पुत्त ठीक तां हैगा जी पर थोड़ा जिहा घबराया होया पुलिस ने वाला कुटिया मारा दिन नहीं नहीं अंकल पुलिस तां बल्कि साथ दे रही है जी वो तो मामला रफा दफा करने भी मन गए ने पर की पुत पर की मैनू दसो पर की पर जिन्हें केस करे जी अपन मना पैना तो फिर की हुआ चलो मेरे नाल चलो मैनू दसो तो घर किते चलो वो तो जी हुण फौजी अंकल ही दस सकते ने देखो बहादुर सिंह जी तुसी चंगे इंसान हो ते मैं दिल तो तुहाडी रिस्पेक्ट करदा पर जो थोड़े बच्चे ने कीता ना एक फौजी होने के नाते मैं उसनू कदे माफ नहीं कर सकता खरी साहब थोड़ी नाराजगी जायज है जो कुछ भी लकी ने किया बहुत गलत किया इस सब लिए जिम्मेवार मैं हाँ बहादुर सिंह जी तुसी किवें जिम्मेवार हो सकते हो जिम्मेवार तो ये लोग ने जिन्हां ने लकी नू रोकना तो की सी बल्कि उसनू हर बार हल्ला शेरी दिंदे रहे नहीं 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 कर्नल साहब इन्हें बच्चों का कोई कसूर नहीं ये सब गलती मेरी है जी मैं अपने गरीब पुत नू एडे बड़े कॉलेज च पढ़न ना पाउंदा तो शायद आज लक्की जेल विच ना होंदा बड़े कॉलेज के बच्चे दी जरूरत भी बड़िया होंदियां ने इस गल का मैनू अंदाजा नहीं सी हर महीने की जेब खर्ची रोज नवे नवे कपड़े महंगे महंगे फोन ये सब कुछ लेके देना मेरी औकात तो बाहर सी इसलिए लक्की ने गलत राह चुनिया वो तो बारहवीं तो बाद भी मेरे नाल खेतां विच काम करना चाहुंदा सी फिर मैं नहीं सी चाहुंदा कि वो भी मेरे अंगू मिट्टी नाल मिट्टी होवे मैं चाहुंदा सी करना सा मेरा इक्को इक पुत्तर पढ़ लिख के मुंडा अफसर बने इसी जिद दे कारण उसनू कॉलेज पढ़ने पाया तुझे दसो कसूरवार मैं ही होया ना मैं ही कसूरवार है नहीं नहीं रोवो ना बहादुर सिंह जी तुसी रोवो ना मैं सवेरे ही थोनू अशोक लाल जी को लेके जावांगा आखिरकार वो भी एक प्यो है वो थोड़ी मजबूरी जरूर समझेगा बहुत बहुत मेहरबानी थोड़ी मैं थोड़ा एहसान कदे नहीं भूल सकता कर्नल साहब बहादुर सिंह जी ये तुसी की कर रहे हो थोड़ी जगह मेरे पैरों च नहीं मेरे दिल च है मेरे गले लगो अपने हंजू पूंजो ते आज रात तुसी मेरे को इत्थे रुक जाओ जी जी मैं थोड़ी मर्जी करनी चाहूं
हाँ भी मडियो कहन की लोड़ ही नहीं अंकल असी अपना सारा समान गड्डी च नाल ही लेके आए हैं जी नाल ही ले जाओ गेट आउट बहादुर अंकल कुछ अपना ख्याल रखना पुत्र बहादुर सिंह जी चलो जी यार लक्की ने कदे दस्या ही नहीं भी ओहदा बचपन एडी गरीबी च लंघिया यार दसदा तां तां जे कदे बहादुर अंकल ने उहनूं फील होण दित्ता हुंदा बस यार कल ना एक वारी ओह अशोक पीड़ा मन जे अशोक पीड़ा नहीं अशोक लाल अरे का भैया कहाँ थे आप लोग की हो गया कब से फोन ट्राई कर रहे हैं किसी का फोन काहे नहीं लग रहा है यार की दसिए भूषण सवेर दे धक्के खाई जाने यार हूँ तो साढ़े फोन भी साढ़े अंगू डेड हो गए भैया वो सब तो ठीक है आपके दोस्त आए थे का नाम था उसका सुखबीर बादल अरे नहीं भैया शिनचैन सुखचैन हाँ सुखचैन शिनचैन अरे उन्होंने और आपके बाकी क्लासमेट्स ने एडमिन ब्लॉक के बाहर अनमोल भैया की रस्टिकेशन को रोकने के लिए धरना लगा दिया है धरना हाँ जी और उन्होंने ये भी बताया कि उन्होंने प्रिंसिपल सर को एक मांग पत्र सौंपा होगा तो उन्होंने उस पर कोनो कार्रवाई करने से मना कर दिया और उन्होंने ये भी बताया कि पेपर दिखाना कॉलेज की पॉलिसी के बिल्कुल खिलाफ तो बस ठोक दिया धरना घेराबंदी कर ली अपना जिंदा ठोकता बिल्डिंग हूं जदों तक पेपर नहीं दिखाते असीं सारे ने फैसला लैके एडमिन ब्लॉक नहीं खोलांगे ठीक है पर फीलिंग ज्यादा नहीं छक गए शकी नहीं शिकाई गई है रोंदी कुरलोंदी तड़पदी छड़ गया सी मैनू तू मैनू बेवफा वे हाल गणी तेरे होंकिया दी तेनू शांतिपूर्वक तरीके दे नाल प्रदर्शन करना है तो तुसी सारेयां ने किसी भी तरह का कोई हल्ला गुला नहीं करना ठीक है ते हुण तुसी गेट ते जाके बैठो किदा हीरत किवें हो तुसी दोने की हाल चाल तुहाडे बहुत वधिया तू दस पहला तुसी मैनूं दसो कि तुसी दोनों किथे सी मैं तुहानूं पता किन्नियां कॉल्स कीतियां यार दरअसल असीं ना बहुत जरूरी काम च फस गए उत्तों साडा फोन बंद हो गया वैसे बाय द वे फोन तां असीं भी तैनूं बहुत कीते ने ते मैडम दा कोई थां पता ही नहीं उल्टी चोर नहीं कतवाल पे बोले यार कदों आई अज शाम नहीं आई हाँ वैसे मूड तो है नहीं सी आने का पर जिवें ही अनमोल दे केस बारे पता चलिया तो अपना फर्ज निभा आ गई वैसे चंगा फर्ज नभाया धरने लवाते हैं चलो तो भी टाइम आ गया फर्ज निभा अनमोल नाल होई कोई गल पता नहीं यार केड़ी रब दी धुनी च वड़िया सवेर दा फोन आउट ऑफ रीच आई जांदा
वैसे पक्की गल है कि पर्ची सीपीआई दी नहीं सी? पक्की कच्ची दा तो यार बाद ची पता लगूगा, अजे तो फिलहाल वो आप डाउट च। अच्छा उस दिन तुसी इंटरव्यू च कह रहे सी कि अनमोल दे वॉलेट विच पर्ची किसे होर ने पाई है, किहदी करतूत है? डेजी। डेजी? दरअसल जेड़े वॉलेट दे विचों अनमोल दी पर्ची फड़ी गई सी वो वॉलेट डेजी ने उन्हें गिफ्ट किया सी उहदे बर्थडे ते। गल किसे ने दसी? दीप्ति ये उत्थे लगा दो पोस्टर दोनों। कीरत आलू चाप लो। जस लो भाई। ते बिस्किट भी खा लो। ये केड़े बिस्किट ने? ये ने अमेरिकाना थिंस बिस्किट, तैनू पता है इहदे च पंज फ्लेवर आउंदे ने ते अजकल सब तो ज्यादा यही चल रहा है। जस तुसी भी खाओ। थैंक यू यार, ये तो बहुत टेस्टी ते थिन ने। यार ਤੁਰਨੇ ਦੇ ਹਿਸਾਬ ਨਾਲ ਘੱਟ ਘੱਟ ਨਹੀਂ ਹੈਗਾ। ਤੁਸੀਂ ਉਹਦੀ ਟੈਨਸ਼ਨ ਨਾ ਲਓ, ਅਸੀਂ ਸਾਰਿਆਂ ਨੇ ਇੱਕ ਨੁੱਕੜ ਨਾਟਕ ਤਿਆਰ ਕੀਤਾ ਹੈ ਜਿਹਦੇ ਰਾਹੀਂ ਅਸੀਂ ਸਾਰੇ ਡਿਪਾਰਟਮੈਂਟਸ ਦੇ ਸਟੂਡੈਂਟਸ ਨੂੰ ਆਪਣੇ ਧਰਨੇ 'ਚ ਸ਼ਾਮਿਲ ਹੋਣ ਦੀ ਅਪੀਲ ਕਰਾਂਗੇ। ਵੈਸੇ ਸੁਖਮਣੀ, ਹਾਂਜੀ, ਤੈਨੂੰ ਕੀ ਲੋੜ ਹੈ ਨਾਟਕਾਂ ਨੂਟਕਾਂ ਦੀ? ਇੱਕ ਗੇੜਾ ਲਾ ਥੱਲੇ ਕਾਲਜ 'ਚ ਜਾ ਕੇ, ਦੇਖੀ ਨਾ 100-150 ਮੁੰਡਾ ਇਕੱਠਾ ਹੋ ਗਿਆ ਤੇਰੇ ਪਿੱਛੇ ਧਰਨੇ ਦੇ। ਅਬ ਕਿਆ ਕਰੇ ਸਰ, ये लोग तो यहाँ से उठने का नाम ही ले रहे। इन्होंने साफ चुना ना तो कोई होर इला करना ही पैना। हाँ संजीव, की रिपोर्ट है, उठे या नहीं? नहीं सर, इधर टस तो मस नहीं हुए। मैं डिपार्टमेंट के गार्ड भेज दा। सर एक अद्धे गार्ड नाल कुछ नहीं होना, घट्टो घट 10-15 गार्डा की लोड़ पैनी है इन्हों। मैं करता सिक्योरिटी इंचार्ज नूं फोन, ਇਹਨਾਂ ਦੇ ਤਾਂ ਮੈਂ ਖਿਲਾਉਣਾ ਜਾਂਦਾ। ਏਕਮ ਇਨਕਲਾਬ ਜਿੰਦਾ ਕਿਉਂ ਲਾਇਆ ਗੇਟ ਤੇ? ਕੀ ਹੋ ਗਿਆ? ਉਹ ਐਡਮਿਨ ਬਲੌਕ ਦੀ ਗੇਟ ਤੇ ਜਿੰਦਾ ਕਿਉਂ ਲਾਇਆ? ਆਪਣੇ ਹੱਕਾਂ ਦੀ ਲੜਾਈ ਲਈ। ਕਾਦੀ ਲੜਾਈ ਦੇ ਰਖਦਾ, ਪਹਿਲਾਂ ਗਿੱਟ ਤੇ ਗੱਲ ਆਖਾਂ ਜੂ। ਓਏ ਕਰ ਤੂੰ ਵੀ ਯਾਰ, ਤੂੰ ਵੀ ਯਾਰ ਇਹਨੇ ਚਲਾਉਣੀਆਂ, ਮੈਂ ਤੈਨੂੰ ਸਮਝਦਾਰ ਸਮਝਦਾ ਸੀ। ਨਾਲੇ ਮੈਂ ਤੈਨੂੰ ਦੱਸਿਆ ਸੀ ਵੀ ਹੁਣ ਮੋਟਾ ਕੁਝ ਨਹੀਂ ਹੋਣ ਲੱਗਿਆ। ਲੈ ਐਵੇਂ ਦਾ ਕਿਵੇਂ ਨਹੀਂ ਹੋਣ ਲੱਗਿਆ, ਅਸੀਂ ਧਰਨਾ ਲਾ ਕੇ ਬੈਠੇ ਹਾਂ। ਮੈਂ ਤਿਆਰ ਲੱਗਦੇ ਹਾਂ, ਅੱਜ ਤੂੰ ਕੁਝ ਦਿਨ ਪਹਿਲਾਂ ਇੱਕ ਕੁੜੀ ਵੀ ਬੈਠੀ ਸੀ ਤਾਲੇ ਤੇ, ਕਹਿੰਦੀ ਮੈਨੂੰ ਲਾਇਬ੍ਰੇਰੀ 'ਚ 24 ਘੰਟੇ ਐਂਟਰੀ ਦਿਓ। ਫਿਰ? ਫਿਰ ਕੀ, ਹੁਣ ਪਾਗਲਖਾਨੇ 'ਚ ਬੈਠੀ ਹੈ। ਅੱਛਾ, ਉੱਥੇ ਲਾਇਬ੍ਰੇਰੀ 24 ਘੰਟੇ ਖੁੱਲ੍ਹੀ ਹੋਣੀ ਹੈ ਨਾ? ਤੂੰ ਭਰਾਵਾ ਪਹਿਲਾਂ ਦਿਮਾਗ ਦੇ ਜੰਦੇ ਖੋਲ੍ਹ, ਪਾਗਲ ਡਿਕਲੇਅਰ ਕਰਤੀ ਕਾਲਜ ਵਾਲਿਆਂ ਨੇ ਤੇ ਨਾਲੇ ਪੀ ਐੱਚ ਡੀ ਵੀ ਰੱਦ ਕਰਤੀ। ਯਾਰ ਪੀ ਐੱਚ ਡੀ ਵਾਲੇ ਤਾਂ ਵੈਸੇ ਹੀ ਪੜ੍ਹ ਪੜ੍ਹ ਕੇ ਪਾਗਲ ਜਿਹੇ ਹੋਏ ਹੁੰਦੇ ਨੇ। ਚੱਕੋ ਆ ਗਈ ਤੁਹਾਡੀ ਵੀ ਵਾਰੀ। ਉਹ ਜੱਸ ਓਏ, ਤੈਨੂੰ ਪਤਾ ਨੀ ਬਾਈ ਜੀ, ਅਸੀਂ ਇੱਕ ਛੋਟੀ ਜਿਹੀ ਰਿਕੁਐਸਟ ਕੀਤੀ ਸੀ ਪੇਪਰ ਦਿਖਾਉਣ ਦੀ, ਜੇ ਉਹ ਪੇਪਰ ਦਿਖਾਉਣ ਲਈ ਮੰਨ ਜਾਂਦੇ ਅਸੀਂ ਲੋਕ ਖੋਲ ਦਵਾਂਗੇ। ਬੀਬਾ, ਕਾਲਜ ਦਾ ਇਤਿਹਾਸ ਰਿਹਾ, ਅੱਜ ਤੱਕ ਨਾ ਕਿਸੇ ਨੂੰ ਪੇਪਰ ਦਿਖਾਇਆ ਤੇ ਨਾ ਦਿਖਾਇਆ ਜਾਊਗਾ। ਫਿਰ ਇਤਿਹਾਸ ਕਿਸੇ ਨਾ ਕਿਸੇ ਨੇ ਤਾਂ ਬਦਲਣਾ ਹੀ ਹੁੰਦਾ ਬਾਈ ਜੀ। ਐ ਨਹੀਂ ਮੰਨਣਾ ਤੁਸੀਂ, ਤੋੜ ਦਿਓ ਜਿੰਦਾ। ਲੱਗਦਾ ਜਿੰਦਾ ਤੋੜਨ ਤੋਂ ਪਹਿਲਾਂ ਤੁਹਾਡੀਆਂ ਹੱਡੀਆਂ ਤੋੜਨੀਆਂ ਪੈਣਗੀਆਂ। ਗਾਰਡ ¶¶
मैं विजयराज सिंह चीमा थोड़ा सारियां दा इस धरने विच शामिल होण ते धन्नवाद करदा। ओ सच अनमोल किथे है? बस आउंदी होणा जी। मैं तुहाडी अपनी नवदीप सिंह सुस्त पार्टी वल्लों। जो सिक्योरिटी गार्ड भाग गए नी ओ सिर्फ राठी की वजह ਅਸੀਂ ਇੱਥੇ ਸਾਰੇ ਅਨਮੋਲ ਦੀ ਸਪੋਰਟ ਲਈ ਇਕੱਠੇ ਹੋਏ ਆ, ਤੁਹਾਡਾ ਪਾਰਟੀਆਂ ਦਾ ਲੈਕਚਰ ਸੁਣਨ ਨਹੀਂ ਆਏ। ਜੇ ਤੁਸੀਂ ਆਪਣਾ ਧਰਨਾ ਬੰਦ ਨਾ ਕੀਤਾ ਤਾਂ ਤੁਹਾਨੂੰ ਸਭ ਨੂੰ ਇਨਵੈਸਟੀਗੇਟ ਕਰ ਦਿੱਤਾ ਜਾਊਗਾ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਲੱਗਿਆ ਅੱਜ ਦਾ ਐਪੀਸੋਡ? ਕਮੈਂਟ ਕਰਕੇ ਜ਼ਰੂਰ ਦੱਸਿਓ। ਫ੍ਰੀ ਫਾਇਰ ਗੇਮ ਨੂੰ ਡਾਊਨਲੋਡ ਕਰਨ ਦੇ ਲਈ ਨੀਚੇ ਡਿਸਕ੍ਰਿਪਸ਼ਨ ਤੇ ਦਿੱਤੇ ਲਿੰਕ ਤੇ ਜ਼ਰੂਰ ਕਲਿੱਕ ਕਰਿਓ। ਤੇ ਸਾਡਾ 5th ਐਪੀਸੋਡ ਆ ਰਿਹਾ 24th ਆਫ ਅਕਤੂਬਰ ਨੂੰ ਸ਼ਾਮ 5 ਵਜੇ। ਸੋ ਟ੍ਰੋਲ ਪੰਜਾਬੀ ਦਾ ਚੈਨਲ ਸਬਸਕ੍ਰਾਈਬ ਕਰਨ ਦੇ ਲਈ ਮੇਰੇ ਰਾਈਟ ਸਾਈਡ ਦਿੱਤੇ ਬਟਨ ਤੇ ਜ਼ਰੂਰ ਕਲਿੱਕ ਕਰਿਓ ਤੇ ਨੋਟੀਫਿਕੇਸ਼ਨਸ ਰਿਸੀਵ ਕਰਨ ਦੇ ਲਈ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ।